ਹੋਵੇਗੀ, ਕੋਈ ਗੱਲ ਨੀ। ਜ਼ਿੰਮੇਵਾਰ ਇਹ ਹੋਵੇਗੀ, ਮੇਰੀ ਸੱਸ ਹੋਵੇਗੀ, ਮੇਰਾ ਸਹੁਰਾ ਹੋਵੇਗਾ ਤੇ ਪੰਮੇ ਵੱਟੂ ਦੇ ਸਾਰੀ ਪੰਚਾਇਤ ਹੋਵੇਗੀ। ਆਮ ਆਦਮੀ ਦਾ ਸੁਖਵਿੰਦਰ ਪ੍ਰਧਾਨ ਹੋਵੇਗਾ ਜ਼ਿੰਮੇਵਾਰ, ਮੇਰਾ ਤਾਇਆ ਸਹੁਰਾ ਹੋਵੇਗਾ ਜ਼ਿੰਮੇਵਾਰ, ਸਰਪੰਚ ਮੇਰੇ ਸਾਰੇ ਜ਼ਿੰਮੇਵਾਰ ਹੋਣਗੇ। ਜਿਹੜੇ ਜ਼ਿੰਮੇਵਾਰ ਇਹ ਚੱਕਦੇ ਵੀ ਮੈਨੂੰ ਇੱਥੇ ਮੈਂ ਰੋਲੀ ਖੜੇ ਨੇ, ਬਾਅਦ ਵਿਚ ਕਹਿੰਦੀ ਵੀ ਅਸੀਂ ਆਪਦੀ ਕੁੜੀ ਦਾ ਵਿਆਹ ਕਰਕੇ ਫਿਰ ਅਸੀਂ ਕਰਾਂਗੇ, ਤੇ ਮਾਂ ਨੀ ਫਿਰ ਬਾਅਦ ਵਿਚ ਵਿਹਰ ਗਈ ਤੇ ਮੁੰਡਾ ਕਹਿੰਦਾ ਬਾਅਦ ਵਿਚ ਸਹਿਮਤੀ ਹੋ ਜਾਵੇਗੀ, ਚੱਲ ਆਪਾਂ ਵਿਆਹ ਕਰਾ ਲੈਣੇ ਆ। ਮੈਨੂੰ ਬੁਲਾ ਬਲੂ ਤੇ ਲੈ ਗਿਆ ਤੇ ਬਾਅਦ ਵਿਚ ਕੱਲੇ ਮੁੰਡੇ ਨੂੰ ਲਿਆ ਜਾਂਦੇ ਸੀ, ਉਹ ਨਹੀਂ ਆਉਂਦਾ ਸੀ, ਇੱਕ ਰਾਤ ਹੀ ਸਾਨੂੰ ਇੱਥੇ ਰੱਖਾ ਨੇ, ਉਹ ਵੀ ਝੂਠ ਬੋਲ ਕੇ ਲਿਆਂਦਾ ਨੇ, ਤੇਰੀ ਦਾਦੀ ਮੁੱਕ ਗਈ। ਉਦੋਂ ਬਾਅਦ ਤੁਹਾਡੇ ਸਾਹਮਣੇ ਹੈ ਸਾਰਾ ਕੁਛ, ਇੱਕ ਸਾਲ ਹੋ ਗਿਆ ਮੈਂ ਮੁੰਡੇ ਬੈਠੇ, ਕੱਲ ਨੂੰ ਮੇਰਾ ਕੁਛ ਵੀ ਹੁੰਦਾ ਇਹਦਾ ਜ਼ਿੰਮੇਵਾਰ ਮੇਰਾ ਸਹੁਰਾ ਪਰਿਵਾਰ। ਹਾਂਜੀ, ਘਰ ਨੂੰ ਤਾਲਾ ਲਾਤਾ ਨੇ, ਉਹਨਾਂ ਨੂੰ ਪਤਾ ਸੀ ਵੀ ਅਸੀਂ ਆਉਣਾ ਹੈ, ਉਹਨਾਂ ਘਰ ਨੂੰ ਤਾਲਾ ਲਾ ਦਿੱਤਾ। ਜਿੰਨਾ ਚਿਕਰ ਵੀ ਮੈਨੂੰ ਬੈਠਣਾ ਪਿਆ ਮੈਂ ਬੈਠਾ, ਦਿਨ ਤੋਂ ਰਾਤ ਬੈਠਾ। ਆਹ ਮੇਰਾ ਘਰ ਹੈ, ਮੇਰੇ ਸਹੁਰੇ ਪਰਿਵਾਰ ਦਾ, ਜੋ ਕਿ ਮੈਨੂੰ ਘਰੇ ਨਹੀਂ ਆਉਣ ਦਿੰਦੇ, ਮੇਰੇ ਘਰ ਵਾਲੇ ਨੂੰ ਪਾਸੇ ਕੀਤੀ ਬੈਠੇ ਨੇ, ਤੇ ਇੱਕ ਸਾਲ ਹੋ ਗਿਆ ਹੈ। ਅਸੀਂ ਸਾਨੂੰ ਇੱਕ ਰਾਤ ਇੱਥੇ ਲੈ ਕੇ ਆਏ ਸੀ ਅਤੇ ਇਹਨਾਂ ਦੂਜੇ ਦਿਨ ਹੀ ਮਤਲਬ
ਕਰੋ, ਪਿਆਰ ਕਰ ਦੇ। ਸਾਡਾ ਪਿੰਡ ਕੰਘਾ ਕਲਾਂ, 1 ਸਾਲ ਹੋ ਗਿਆ ਪੂਰਾ ਕੋਰਟ ਮੈਰਿਜ ਕਰਾਈ ਮੁੰਡੇ ਨੇ ਮੇਰੇ ਨਾਲ। 1 ਰਾਤ ਹੀ ਰਹੇ ਸੀ ਅਸੀਂ ਇੱਥੇ, 1 ਰਾਤ ਸਾਨੂੰ ਲੈ ਕੇ ਆਏ ਸੀ ਅਤੇ ਮੁੰਡਾ ਸਾਨੂੰ ਕਹਿੰਦਾ ਸੀ ਨਾ, ਮਤਲਬ ਝੋਨਾ ਲੱਗਦਾ ਸੀ, ਸਾਨੂੰ ਕਹਿੰਦੇ ਸੀ ਕਿ ਆਪਾਂ ਉੱਥੇ ਝੋਨਾ ਲਾ ਲਈਏ, ਮਜ਼ਦੂਰੀ ਕਰਦੇ ਸੀ ਅਸੀਂ। ਆਪਦੇ ਪੇਕਿਆਂ ਦੇ ਘਰ ਮੈਂ ਝੋਨਾ ਲਾਉਂਦੀ ਸੀ ਅਤੇ ਇਹ ਪਿੱਛੇ ਜਾਂਦੇ ਸੀ ਲੈਣ ਮੁੰਡੇ ਨੂੰ, ਇਕੱਲੇ ਲੈਣ ਜਾਂਦੇ ਸੀ, ਇਕੱਲਾ ਨਹੀਂ ਆਉਂਦਾ ਸੀ। 1 ਰਾਤ ਸਾਨੂੰ ਝੂਠ ਬੋਲ ਕੇ ਇੱਥੇ ਲੈ ਕੇ ਆਏ ਨੇ, ਕਹਿੰਦੇ ਤੇਰੀ ਦਾਦੀ ਮੁੱਕ ਗਈ ਹੈ ਤੂੰ ਚੱਲ। ਅਸੀਂ ਰਾਤ ਨੂੰ ਇੱਥੇ ਆਏ ਹਾਂ ਅਤੇ ਕੋਈ ਦਾਦੀ ਨਹੀਂ ਮੁੱਕੀ ਸੀ, ਕੋਈ ਕੁਛ ਨਹੀਂ ਹੋਇਆ ਸੀ। ਤਾਂ ਸਾਨੂੰ ਦੂਜੇ ਦਿਨ ਉਹਨਾਂ ਸਵੇਰੇ 4 ਵਜੇ ਭੇਜ ਦਿੱਤਾ, ਠੀਕ ਹੈ। ਮੁੰਡਾ ਕਹਿੰਦਾ ਮੈਂ ਝੋਨਾ ਸੀ ਲਾ ਕੇ ਵਾਪਸ ਆਵਾਂਗੇ, ਪਰ ਉਸੇ ਦਿਨ ਦੂਜੇ ਦਿਨ ਹੀ ਮੈਨੂੰ ਕਹਿੰਦਾ ਮੈਂ ਵਾਲ ਕਟਾ ਕੇ ਅਤੇ ਸਾਡੇ ਕੁਝ ਉਹ ਕੀ ਕਹਿੰਦੇ ਨੇ ਪੈਸੇ, ਮਤਲਬ ਕਿਸ਼ਤ ਤਾਰਨ ਆਇਆ ਸੀ, ਘਰੋਂ ਕਹਿ ਕੇ ਮੈਨੂੰ ਆਇਆ ਮੈਂ ਕਿਸ਼ਤ ਤਾਰ ਕੇ ਆਉਣਾ, ਘਰੇ ਗੇੜਾ ਲਾ ਕੇ ਆਉਣਾ ਅਤੇ ਕੱਪੜੇ ਲਿਗੜੇ ਲੈ ਕੇ ਆਵਾਂਗਾ, ਵੀ ਇੱਥੇ ਤਾਲ ਵੀ ਪੱਟਣਾ ਮੈਂ। ਅਤੇ ਮੈਂ ਕਿਹਾ ਤੂੰ ਚਲਾ ਜਾ, ਮੈਂ ਨਹੀਂ ਆਉਣਾ, ਤੂੰ ਚਲਾ ਜਾ ਇਕੱਲਾ ਫਿਰ। ਅਤੇ ਉਹ ਆਇਆ ਅਤੇ ਉਦੋਂ ਮੁੜ ਕੇ ਸਾਡੇ ਬਾਥਰੂਮ ਦੇ ਪਿਛਲੀ ਸਾਈਡ ਮੋਟਰਸਾਈਕਲ ਠੱਲ ਕੇ ਅਤੇ ਆਪਦੇ ਮੰਮੀ ਡੈਡੀ ਨਾਲ ਆ ਗਿਆ। ਉਦੋਂ ਮੁੜ ਕੇ ਮੈਨੂੰ ਨਾ ਆਉਂਦਾ ਅਤਾ ਨਾ ਪਤਾ, ਇੱਥੇ ਕਿੰਨੀਆਂ ਵਾਰੀ ਆਈ ਹਾਂ, ਨਾ ਮੈਨੂੰ ਮਾਂ ਪਿਓ ਘਰੇ ਵੜਨ ਦਿੰਦਾ, ਨਾ ਮੇਰਾ ਸਹੁਰਾ ਪਰਿਵਾਰ ਵੜਨ ਦਿੰਦਾ। ਮੈਂ ਦਰਖਾਸਤਾਂ ਲਾਉਣੀਆਂ ਬੜੀਆਂ ਥਾਵਾਂ 'ਤੇ ਲਾਈਆਂ ਨੇ, ਮੇਰੀ ਕੋਈ ਸੁਣਵਾਈ ਨਹੀਂ ਹੋਈ। ਆਮ ਆਦਮੀ ਪਾਰਟੀ ਦਾ ਸੁਖਵਿੰਦਰ ਪ੍ਰਧਾਨ ਹੈ ਪੰਬੇ ਵੱਟੂ 'ਚ ਹੈਗਾ ਹੈ, ਉਹ ਜੋ ਕਿ ਮੇਰਾ ਘਰ ਨਹੀਂ ਬਣਨ ਦਿੰਦਾ, ਉਹਦੀ ਮੇਰੇ ਕੋਲ ਫੋਟੋ ਵੀ ਹੈਗੀ ਹੈ। ਅਤੇ ਬਹੁਤ ਉਸ ਦਿਨ ਐਤਵਾਰ ਨੂੰ ਦਰਖਾਸਤ ਜਦੋਂ ਅਸੀਂ ਲਾਈ ਸੀ ਤਾਂ ਉੱਥੇ ਮੈਨੂੰ ਬੁਲਾਇਆ, ਮੈਂਬਰ ਸਾਹਿਬ ਨੂੰ ਬੁਲਾਇਆ ਜੋ ਕਿ ਮੇਰਾ ਸਹੁਰਾ ਹੈ, ਤਾਇਆ ਸਹੁਰਾ ਹੈ, ਇਹਦੀ ਜ਼ਿੰਮੇਵਾਰੀ 'ਤੇ ਮੇਰੇ ਸੱਸ ਸਹੁਰੇ ਨੂੰ ਇੱਥੇ ਲਿਆਂਦਾ ਗਿਆ ਹੈ। ਉੱਥੇ ਕਹਿ ਕੇ ਆਇਆ ਸੀ ਬੁੱਧਵਾਰ ਅਸੀਂ ਮੁੰਡਾ ਪੇਸ਼ ਕਰਾਂਗੇ, ਕੱਲ੍ਹ ਬੁੱਧਵਾਰ ਸੀ, ਸਾਰਾ ਦਿਨ ਅਸੀਂ ਥਾਣੇ ਵਿੱਚ ਰਹੇ ਹਾਂ ਅਤੇ ਕੋਈ ਵੀ ਨਹੀਂ, ਪਤਾ ਨਹੀਂ ਇਹ ਮੈਨੂੰ ਨਹੀਂ ਪਤਾ ਇਸ ਬਾਰੇ। ਪਰਿਵਾਰ ਨੇ ਤਾਂ ਮੈਨੂੰ ਉਸੇ ਦਿਨ ਕਹਿ ਦਿੱਤਾ ਤੂੰ ਜਾ, ਤੂੰ ਆਪਦੀ ਮਰਜ਼ੀ ਨਾਲ ਵਿਆਹ ਕਰਾਏ। ਅਤੇ ਬਸ ਵੀਰੇ ਮੈਂ ਕਦੇ ਅੰਮ੍ਰਿਤਸਰ ਜਾਂਦੀ ਹਾਂ, ਕਦੇ ਇਵੇਂ ਗੁਰਦੁਆਰਿਆਂ 'ਚ ਲੱਗੀ ਫਿਰਨੀ ਹਾਂ, ਕਦੇ ਬਿਆਸ ਜਾਂਦੀ ਹਾਂ ਡੇਰਿਆਂ 'ਚ, ਬਸ ਇਕੱਲੀ ਲੱਗੀ ਫਿਰਨੀ ਹਾਂ, ਬਸ ਵਿਆਹ ਨੇ ਮੇਰੇ ਕੋਲ ਪ੍ਰੂਫ ਨੇ। ਇੱਥੇ ਆਉਣੀ ਆ ਇਹ ਮੈਨੂੰ ਕੁੱਟ ਮਾਰ ਕੇ ਕਰ ਦਿੰਦੇ ਨੇ, ਕਹਿੰਦੇ ਨੇ ਅਸੀਂ ਕਿੱਲਾ ਫੂਕ ਦਾਂਗੇ ਪਰ ਅਸੀਂ ਤੈਨੂੰ ਇੱਥੇ ਵਸਣ ਨਹੀਂ ਦੇਣਾ। ਅਤੇ ਮੁੰਡੇ ਨੂੰ ਪਾਸੇ ਕਰਕੇ ਕਹਿ ਦਿੰਦੇ ਨੇ, ਅਸੀਂ ਥਾਣੇ ਵਿੱਚ ਕਹਿ ਦਿੰਦੇ ਨੇ ਬੇਦਖਲ, ਜਦੋਂ ਜ਼ਿਆਦਾ ਥੋੜ੍ਹਾ ਜਿਹਾ ਕਰਦੇ ਨੇ ਲੋਕ, ਜੋ ਕਿ ਮੈਂ ਇਕੱਲੀ ਵੈਸੇ ਤਾਂ ਜਾਂਦੀ ਹਾਂ, ਕੋਈ ਜੇ ਨਾਲ ਜਾਵੇ ਸਹਾਇਤਾ ਕਰਨ ਮੇਰੇ, ਅਤੇ ਵੱਡੇ ਵੱਡੇ ਲੀਡਰਾਂ ਦੇ ਫੋਨ ਲਵਾ ਦਿੰਦੇ ਨੇ, ਪੈਸੇ ਖਵਾ ਦਿੰਦੇ ਨੇ, ਬਸ ਇਹੀ ਕੰਮ ਕੀਤੀ ਜਾਂਦੀ ਮੇਰੇ ਕੋਲ ਵਿਆਹ ਦੇ। ਮੈਂ ਇਸ ਘਰ ਵਿੱਚ ਰਹਿਣਾ ਚਾਹੁੰਦੀ ਹਾਂ, ਮੈਂ ਕੋਈ ਥਾਂ ਦਾ ਹਿੱਸਾ ਨਹੀਂ ਇਹਨਾਂ ਕੋਲੋਂ ਮੰਗਿਆ, ਕੋਈ ਜ਼ੋਰ ਜ਼ਬਰਦਸਤੀ ਨਹੀਂ ਕੀਤੀ, ਮੈਂ ਇਸ ਘਰ 'ਚ ਹੀ ਰਹਿਣਾ, ਨਾ ਮੈਂ ਹੁਣ ਅੱਗੇ ਦੀ ਨਾ ਮੈਂ ਪਿੱਛੇ ਦੀ। ਇਹ ਘਰ ਇਸ ਗੱਲੋਂ ਛੱਡ ਕੇ ਚਲੇ ਗਏ ਨੇ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਥਾਣੇ ਕੱਲ੍ਹ ਪੇਸ਼ ਨਹੀਂ ਹੋਏ। ਇਹ ਮੈਂਟਲੀ ਤੌਰ 'ਤੇ ਮੇਰਾ ਚਾਚਾ ਸਹੁਰਾ ਹੈ, ਜੋ ਕਿ ਇਹਨੂੰ ਵੀ ਵੇਖ ਲਓ ਹੁਣ ਅੰਦਰ ਤਾੜ ਕੇ ਗਏ ਹੋਏ ਨੇ, ਸਵੇਰੇ ਦੇ 4 ਵਜੇ ਦੇ ਗਏ ਹੋਏ ਨੇ। ਹਾਂਜੀ ਮੈਂਟਲੀ ਤੌਰ 'ਤੇ ਨੇ ਜੋ ਕਿ ਜ਼ਿੰਮੇਵਾਰੀ ਚੱਕ ਕੇ ਆਇਆ ਸੀ, ਤੇ ਇਹ ਜ਼ਿੰਮੇਵਾਰੀ ਤੇ ਕਹਿ ਕੇ ਆਇਆ ਵੀ ਅਸੀਂ ਮੁੰਡਾ ਪੇਸ਼ ਕਰਾਂਗੇ, ਕੱਲ ਇਹਨਾਂ ਮੁੰਡਾ ਨਹੀਂ ਪੇਸ਼ ਕੀਤਾ ਥਾਣੇ ਵਿੱਚ, ਤੇ ਨਾ ਇਹ ਆਪ ਆਏ ਨਾ ਇਹਨਾਂ ਨੇ।
ਅਸੀਂ ਆਪਦਾ ਘਰ ਬਣਾਉਣਾ ਮੇਰੇ ਰਹਿਣਾ, ਮੇਰੇ ਕੋਲ ਨਹੀਂ ਰੋਜ਼ ਰੋਜ਼ ਜਾਇਆ ਜਾਂਦਾ ਕਿਤੇ ਵੀ, ਨਾ ਮੇਰੇ ਕੋਈ ਅੱਗੇ ਨਾ ਕੋਈ ਮੇਰੇ ਪਿੱਛੇ ਹੈਗਾ ਤਾਂ ਚਲੇ ਜਾਵਾਂਗੇ। ਹਾਂ ਮੈਂ ਇੱਥੇ ਬੈਠੀ ਹਾਂ, ਕੋਈ ਨਹੀਂ ਹੈਗਾ, ਤਿੰਨ ਦੀ ਜ਼ਿੰਮੇਵਾਰ ਪੁਲਿਸ ਉਹ ਜਿਹੜੇ ਹੁੰਦੇ ਨੇ ਉਹ ਜ਼ਿੰਮੇਵਾਰ ਨੇ, ਅਤੇ ਮੇਰੇ ਜੇ ਕੱਲ੍ਹ ਨੂੰ ਕੁਛ ਹੁੰਦਾ ਹੈ ਮੇਰਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ, ਅਤੇ ਮੇਰਾ ਤਾਇਆ ਸਹੁਰਾ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਹੈ ਮੁੰਡਾ ਪੇਸ਼ ਕਰਨ ਦੀ, ਅਤੇ ਮੁੰਡਾ ਵੀ ਨਹੀਂ ਪੇਸ਼ ਕੀਤਾ, ਪਕਾਈ ਮੇਰੀ ਲਵਾਉਂਦੇ ਨੇ, ਸੁਣਦੇ ਆ ਸਾਡੀ ਗੱਲ, ਸਾਡੇ ਪੱਖ ਦੀ ਗੱਲ ਕਰਦੇ ਆ, ਪਰ ਇਹ ਵੱਡੇ ਵੱਡੇ ਲੀਡਰਾਂ ਦੇ ਫੋਨ ਲਵਾ ਦਿੰਦੇ ਨੇ, ਆਮ ਆਦਮੀ ਪਾਰਟੀ ਦੇ ਫੋਨ ਲਵਾ ਦਿੰਦੇ ਨੇ, ਸੁਖਵਿੰਦਰ ਪ੍ਰਧਾਨ ਹੈ ਬੰਬੇ ਵੱਟੂ ਦਾ ਮਾਜਨਾ ਦਾ ਮੁੰਡਾ ਹੈ, ਉਹ ਫੋਨ ਕਰਕੇ ਅਤੇ ਦਬਾਅ ਪਾ ਦਿੰਦਾ ਪੁਲਿਸ ਵਾਲਿਆਂ ਨੂੰ, ਕਹਿੰਦਾ ਮੈਂ ਵਰਦੀ ਕਰ ਉਤਾਰ ਦੇਵਾਂਗਾ, ਇਹ ਕਰ ਦੇਵਾਂਗਾ, ਮੈਂ ਉੱਥੋਂ ਲੀਡਰ ਹਾਂ, ਕਦੇ ਕਾਂਗਰਸ ਦਾ ਫੋਨ ਲਵਾ ਦਿੰਦਾ ਸ਼ੇਰ ਸਿੰਘ ਕਬਾਏ ਦਾ, ਬਸ ਇਸ ਤਰ੍ਹਾਂ ਫੋਨ ਲਵਾ ਦਿੰਦੇ ਨੇ, ਮੇਰਾ ਘਰ ਨਹੀਂ ਬਣਨ ਦਿੰਦੇ, ਮੈਨੂੰ ਕਹਿੰਦੇ ਨੇ ਅਸੀਂ ਮੇਰਾ ਸਹੁਰਾ ਤਾਇਆ ਸਹੁਰਾ ਕਹਿ ਕੇ ਆਇਆ ਐਤਵਾਰ ਥਾਣੇ ਵਿੱਚ, ਕਹਿੰਦਾ ਅਸੀਂ ਕਿੱਲਾ ਫੂਕ ਦੇਵਾਂਗੇ ਪਰ ਤੇਰਾ ਅਸੀਂ ਇੱਥੇ ਨਹੀਂ ਵੜਨ ਦੇਣਾ, ਹੁਣ ਆਉਂਦਾ ਨਹੀਂ ਸਾਨੂੰ, ਹਾਂਜੀ ਅਸੀਂ ਇੱਥੇ ਬਹਿਣ ਲੱਗੇ ਹਾਂ, ਮਰਾਂਗੀ ਜੀਵਾਂਗੀ ਇਸੇ ਬੂਹੇ 'ਤੇ ਮਰਨਾ ਜੀਣਾ, ਮੇਰੇ ਕੋਲ ਨਹੀਂ ਰੋਜ਼ ਪਕਾਈ ਹੁੰਦੀ, ਉਹਨਾਂ ਕੋਲ ਕੋਈ ਬੇਦਖਲੀ ਦੇ ਪਰੂਫ ਨਹੀਂ, ਕੋਈ ਕੁਛ ਨਹੀਂ, ਮੈਨੂੰ ਬਸ ਬੇਵਕੂਫ ਬਣਾਈ ਜਾਂਦੇ ਨੇ। ਬਾਹਰ ਗਏ ਸੀ ਕੰਮ ਕਾਰ ਆਪਦੇ ਗਏ ਸੀ, ਇਹਨਾਂ ਨੇ ਸਾਡੇ 'ਤੇ ਬਹੁਤ ਪਰੇਸ਼ਾਨੀਆਂ ਦਵਾਈਆਂ ਜੀ, ਅਸੀਂ ਬੜੇ ਪਰੇਸ਼ਾਨ ਸੀ, ਮੇਰਾ ਬੱਚਾ ਇੱਕ ਹੀ ਸੀ, ਇੱਕ ਹੀ ਇਹਨੇ ਬਰਬਾਦ ਕਰ ਦਿੱਤਾ, ਅਸੀਂ ਇਹਨਾਂ ਨੂੰ ਕੋਈ ਸਮਝਾਇਆ ਸੀ ਨਹੀਂ ਸਮਝੇ, ਨਹੀਂ ਅਸੀਂ ਕੋਈ ਸ਼ਗਨ ਵਿਹਾਰ ਕੀਤਾ, ਹੁਣ ਮੇਰਾ ਬੱਚਾ ਇੱਕ ਕਿੰਨੇ ਦਿਨਾਂ ਤੋਂ ਬਾਹਰ ਹੈ, ਸਾਡੇ ਨਾਲ ਕੋਈ ਉਹਦਾ ਸੰਬੰਧ ਨਹੀਂ, ਇਹ ਸਾਡੇ ਤੋਂ ਧੱਕਾ ਕਰ ਰਹੀ, ਕਹਿੰਦੀ ਮੈਂ ਰਹਿੰਦੀ ਹਾਂ ਤੁਹਾਡਾ ਬੱਚਾ ਹੋਵੇ ਚਾਹੇ ਨਾ ਹੋਵੇ, ਅਸੀਂ ਇਹਨੂੰ ਕਿਵੇਂ ਰੱਖ ਲਈਏ, ਸਾਡਾ ਬੱਚਾ ਹੋਵੇ ਤਾਂ ਜੱਟ ਸਾਡੇ ਨਾਲ ਜੋ ਕੁਛ ਮਰਜ਼ੀ ਘਟਨਾ ਵਾਪਰੀ, ਅਸੀਂ ਕਹਿਣ ਸੁਣ ਨੂੰ ਮਜਬੂਰ ਹਾਂ, ਅਸੀਂ ਹੁਣ ਮਜਬੂਰ ਹੋਏ ਖੜੇ ਹਾਂ, ਸਾਨੂੰ ਨਹੀਂ ਕੋਈ ਸਮਝ ਲੱਗਦੀ ਵੀ ਸਾਡੇ 'ਤੇ ਹਰ ਵਾਰੀ ਪੁਰਾਣੀ ਰੰਜਿਸ਼ ਵੀ ਪਿੰਡ ਵਾਲੇ ਸਾਰੇ ਕੱਢ ਰਹੇ ਨੇ, ਅਤੇ ਸਾਨੂੰ ਕੋਈ ਸਮਝ ਨਹੀਂ ਆ ਰਹੀ ਵੀ ਅਸੀਂ ਉਹਨਾਂ ਦਿਨ ਵਿੱਚ ਕੀ ਕਰਨਾ ਅਤੇ ਕੀ ਨਹੀਂ ਕਰਨਾ, ਇਹ ਸਾਡੇ ਨਾਲ ਬਹੁਤ ਹੀ ਧੱਕਾ, ਅਸੀਂ ਸਰ ਕਹਿੰਦੇ ਹਾਂ ਵੀ ਸਾਡਾ ਬੱਚਾ ਹੋਵੇ ਤਾਂ ਅਸੀਂ ਇਹਨੂੰ ਰੱਖੀਏ, ਅਸੀਂ ਇਹਦੇ ਕਿੰਨੇ ਆਸਰੇ ਰੱਖੀਏ, ਸਾਡਾ ਬੱਚਾ ਹੈ ਨਹੀਂ, ਇਹਦੇ ਨਾਲ ਕੋਈ ਗੱਲ ਨਹੀਂ ਹੁੰਦੀ, ਸਾਨੂੰ ਕੋਈ ਪਤਾ ਨਹੀਂ, ਇਹਦੇ ਕੋਲ ਰਹਿੰਦਾ ਸੀ, ਇਹ ਝੋਨਾ ਲਵਾ ਰਹੀ ਸੀ, ਸਾਨੂੰ ਨਹੀਂ ਪਤਾ ਵੀ ਇਹਨੇ ਕੀ ਉਹਦੇ ਨਾਲ ਘਟਨਾ ਵਾਪਰੀ ਕੀ ਨਹੀਂ ਵਾਪਰੀ, ਇੱਕ ਸਾਲ ਹੋ ਗਏ ਪਿਛਲੇ ਸਾਲ ਦੀ ਗੱਲ ਆ, ਝੋਨਾ ਲਾ ਕੇ ਇਹ ਹੀ ਕਰ ਰਹੀ ਹੈ, ਇਹ ਜੋ ਕੁਛ ਕਰ ਰਹੀ ਹੈ ਸਾਨੂੰ ਬਹੁਤ ਹੀ ਸਾਡੇ ਨਾਲ ਧੱਕਾ ਕਰ ਰਹੀ ਹੈ, ਪਹਿਲਾਂ ਵੀ ਕਰਦੀ ਸੀ ਹੁਣ ਵੀ ਕਰ ਰਹੀ ਹੈ, ਹੁਣ ਸਾਡੇ ਨਾਲ ਬਿਨਾਂ ਮਤਲਬ ਤੋਂ ਸਾਡੇ ਘਰ ਆ ਕੇ ਧੱਕਾ ਬਹੁਤ ਜ਼ਿਆਦਾ ਕਰ ਰਹੇ, ਪਿੰਡ ਵਾਲੇ ਵੀ ਸਾਡੇ ਨਾਲ ਜੋ ਵੀ ਕਰਵਾ ਰਹੇ ਨੇ, ਪੁਰਾਣੀ ਰੰਜਿਸ਼ ਸਾਡੇ ਨਾਲ ਹੈਗੀ ਸੀ ਕਿਸੇ ਨਾਲ, ਸਾਡੇ ਨਾਲ ਵੀ ਜਿਵੇਂ ਆਉਂਦੇ ਨੇ ਵੀ ਇਹਨਾਂ ਨੂੰ ਇਹ ਕਰਨਾ ਉਹ ਕਰਨਾ ਵੀ ਉਹ ਵੀ ਸਾਡੇ ਨਾਲ ਬਹੁਤ ਧੱਕਾ ਕਰਵਾ ਰਹੇ ਨੇ, ਸਾਡਾ ਮੇਰਾ ਨਾਮ ਜਸਪਾਲ ਕੌਰ, ਸਾਨੂੰ ਤਰੀਕ ਤਾਂ ਨਹੀਂ ਪਤਾ ਬਾਕੀ ਪਿਛਲੇ ਸਾਲ ਹੋਇਆ ਸੀ, ਅਸੀਂ ਰਾਜੀ ਨਹੀਂ ਹੈਗੇ ਸੀ ਵਿਆਹ ਲਈ, ਵੀ ਸਾਨੂੰ ਨਾ ਦੱਸਿਆ ਸੀ ਨਾਲ ਆਪਦੀ ਮਰਜ਼ੀ ਨਾਲ ਵਿਆਹ ਕਰਾ ਲਿਆ ਮੁੰਡੇ ਨੇ, ਘਰੋਂ ਭੱਜ ਕੇ ਚਲਾ ਗਿਆ, ਘਰੋਂ ਚਲਾ ਗਿਆ, ਸਾਡਾ ਨਾ ਫੋਨ 'ਤੇ ਲੱਗੇ ਨਾ ਫਿਰ ਅਸੀਂ ਜਾਣ ਤੋਂ ਵੀ ਚਲਾ ਤਾਂ ਬੇਦਖਲ ਕਰ ਦਿੱਤਾ ਘਰੋਂ ਮਾਲ, ਨਾ ਫਿਰ ਅਸੀਂ ਸਾਡੇ ਨਾਲ ਗੱਲਬਾਤ ਹੋਈ ਅਤੇ ਨਾ ਫਿਰ ਅਸੀਂ ਲੈਣ ਦੇ, ਇਹਨਾਂ ਕੋਲ ਆ ਕੇ ਵੀ ਉਹਨਾਂ ਕੋਲ ਰਹਿੰਦਾ ਰਿਹਾ ਕੁੜੀ ਦੇ ਪੇਕਿਆਂ 'ਤੇ ਰਹਿ ਰਿਹਾ ਸੀ, ਅਤੇ ਨਾ ਸਾਡੇ ਨਾਲ ਗੱਲਬਾਤ ਪਿਛਲੇ ਹੁਣ ਵੀ ਸਾਲ ਮਤਲਬ ਸੱਤਵੇਂ ਮਹੀਨੇ 25 ਤਰੀਕ ਦਾ ਹੀ ਘਰੋਂ ਉੱਥੋਂ ਹੀ ਚਲਾ ਗਿਆ ਅਤੇ ਸਾਨੂੰ ਪਰੇਸ਼ਾਨ ਕਰ ਰਹੇ ਨੇ, ਨਹੀਂ ਸਾਡੀ ਨਹੀਂ ਆਉਂਦੀ ਘਰੇ ਨਹੀਂ ਆਇਆ, ਘਰੇ ਹੁਣ ਕਿੰਨੇ ਆਸਰੇ ਰਹਿੰਦੇ, ਸਾਡਾ ਬੱਚਾ ਘਰੇ ਨਾਲ ਹੋਵੇ ਤਾਂ ਅਸੀਂ ਵੀ ਉਹਦੇ ਨਾਲ ਗੱਲਬਾਤ ਉਹਦੇ ਨਾਲ ਹੀ ਰਹਿ ਸਕਦੇ ਵੀ ਮਤਲਬ ਅਸੀਂ ਤਾਂ ਉਹਨੂੰ ਘਰ ਮਤਲਬ ਬੱਚੇ ਦੇ ਨਾਲ ਆਵੇ ਵੀ ਮਤਲਬ ਉਹ ਫਿਰ ਹੀ ਨੋਵੇ ਤਾਂ ਨੀਵੇਗੀ ਨਾ ਜਾ ਉਹਦੇ ਨਾਲ ਰੱਖ ਸਕਦੇ ਹਾਂ ਵੀ ਦੋਵੇਂ ਜੀ ਰਹਿਣ ਕਦੇ ਤਾਂ ਅਸੀਂ ਕਿੰਨੇ ਦਾ ਆਸਰੇ ਰੱਖੀਏ, ਉਹਨੂੰ ਚਾਹੇ ਸਾਡਾ ਰਵੇ ਘਰੇ ਤਾਂ ਫਿਰ ਹੀ ਰੱਖ ਸਕਦੇ ਹਾਂ।
ਅਸੀਂ ਆਉਂਦੇ ਇਨਸਾਫ ਦਵਾਇਆ ਜਾ ਸਾਡੇ ਵੀ ਬੱਚੇ ਨੂੰ ਲੱਭ ਕੇ ਲਿਆਵੇ ਸਾਡੇ ਨਾਲ ਵੀ ਸਾਡੇ ਘਰੇ ਲੈ ਆਉਣ ਰਹਿਣ ਫਿਰ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਵੇ ਤਾਂ ਲੈ ਕੇ ਆਉਣ ਫਿਰ ਆਵੇ।